सब्सक्राइब करें नेशनल बस और साथ ही दबाएं बेल आइकन। मैंने को पूछे कि मैं तो कुछ आज के दिन को लिखना हो गई तो उदा सिरलेख होगा तो बुचर ऑफ पंजाब में तो सैनी ने काम किया पंजाब से वो कला नहीं होता और भी कई है रमेश सिंह सैनी ये पली लेंदा है कि जी मैं अतवाद ना लड़िया अतवादी लिस्ट दे जो तू मारे उन्होंने क्राइम की सी जिहड़े चार बंदे सी कार च पा के मंडी गोबिंदगढ़ की एक स्टील फैक्टरी की फरनेस सिटते सड़े कार दे वो कितों के अतवादी से जोड़े लोगों ने मारिया वो अतवाद के किन्ने केस थे उन्होंने ये अतवाद ना लड़ाई कोई नहीं सी ये आप खुद अतवादी है ये आदमी पंजाब तुहानूं ये गिणना पवेगा भी किहड़े पुलिस स्टेशन च तशद्दुद नहीं होया वो लभो जिन्ना तशद्दुद ज़ुल्म उस आदमी ने यूनिफॉर्म च रह के किया इनोसेंट लोगों नाल लोगों दी अखां कढ़ दिओ उन्हां दे हड्ड पैर तोड़ दिओ नंगे करके उन्हां दे प्राइवेट पार्ट्स नूं टॉर्चर करो 84 साल दीआं औरतां तुहाडे अगे गड़गड़ा रहीआं कि मेरी औलाद नूं मेरे ग्रैंड चिल्ड्रन नूं छड्ड दिओ रहम करो और बंदा उन्हां नूं गालां कढ रिहा दिने रात मतलब नशे च तुत रहना सीनियर्स नूं गालां कढ़नियां बादल परिवार नाल मिल के कुछ कांग्रेसी लीडरां नाल मिल के कुछ बीजेपी दे लीडरां नाल मिल के कुछ सेंट्रल एजेंसीज दे वड्डे अफसरां नाल मिल के तुसीं अपने गुनाह ते पर्दा पाई जा रहे हो जिन्नी पोलीटिकल पैटर्न ने बादल परिवार ने पुलिस नूं दित्ती है क्रिमिनल एलीमेंट जिन्हें उन्होंने बचाए है पाले है अपने पोलीटिकल मकसद पूरे करने लिए मैं एक बार सुखबीर सिंह बादल नूं मिलन गया सी एक एस पी दे नाल एक एम एल ए भी नाल सीगा उन्होंने नहीं पता कि मैं कौन हाँ उन्हें सीधा एम एल ए नूं कहा भी तू 6 महीने पहला मैनू कह के इहदी पोस्टिंग कराई थी कि एस पी मैनू दे दिओ मैं देता हूँ तेरा कम करे ना करे तू खत्म उन्होंने चार गाला भी कड़ियाँ सुखबीर ने मैं कई यहोजे अफसरों जानता जिन्हें मैनू अपने मुँह ही दसिया कि मैनू एक जगह पर पोस्टिंग लैन लई अपने एम एल ए नूं पैसे देने पैंदे एम एल ए वो पैसे तो कट्ठे करके अगे चीफ मिनिस्टर नूं दिंदा मिनिस्टर नूं दिंदा दसो अगर पंजाब के अफसर इन्ने चंगे होंदे आई पी एस इन्ने काबिल होंदे जे तुहानूं रबैरो महाराष्ट्र का क्यों सदना पैंदा ਤੁਹਾਨੂੰ ਐਸ ਐਸ ਵਿਰਕ ਮਹਾਰਾਸ਼ਟਰ ਦਾ ਕਿਉਂ ਸੱਦਣਾ ਪੈਂਦਾ ਤੁਹਾਨੂੰ ਪਰਮਦੀਪ ਸਿੰਘ ਗਿੱਲ ਜੰਮੂ ਕਸ਼ਮੀਰ ਤੋਂ ਕੋਲ ਲੈ ਕੇ ਆਉਣਾ ਪੈਂਦਾ ਇਹ ਨਹੀਂ ਕਿ ਤੁਸੀਂ ਕੇਸ ਹਾਰੇ ਹੋ ਜਾਂ ਵਿਰਕ ਦਾ ਕੇਸ ਮਜ਼ਬੂਤ ਸੀ ਤੋਂ ਜਿੱਤਿਆ ਤੁਸੀਂ ਆਪ ਵਿਡਰਾ ਕੀਤਾ ਪਹਿਲਾਂ ਝੂਠੇ ਕੇਸ ਫਾਈਲ ਕਰਦੇ ਹੋ ਫਿਰ ਵਿਡਰਾ ਕਰਦੇ ਹੋ ਇਹ ਕਿਹੜਾ ਕਾਨੂੰਨ ਹੈ ਇਹ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਡੀ ਜੀ ਪੀ ਬਣਾਉਣੇ ਪਏ ਨੇ ਤੁਹਾਨੂੰ ਕੀ ਲੱਗਦਾ ਵੀ ਕੀ ਕਰੈਕਟਰਿਸਟਿਕ ਸਾਡੇ ਪੰਜਾਬ ਪੁਲਿਸ 'ਚ ਕਮੀ ਕੀ ਹੈ ਕਿਉਂ ਇਹ ਇੰਨਾ ਕਰਪਟ ਸਿਸਟਮ ਹੋ ਗਿਆ ਪੰਜਾਬ ਦਾ ਕੀ ਕਾਰਨ ਕੀ ਹੈ ਤੁਸੀਂ ਹੈਰਾਨ ਹੋ ਕੇ ਸੁਣ ਕੇ ਮਹਾਰਾਸ਼ਟਰ ਪੁਲਿਸ ਔਰ ਪੰਜਾਬ ਪੁਲਿਸ ਦੇ ਅਫਸਰਾਂ 'ਚ ਤੁਹਾਨੂੰ ਕੀ ਫਰਕ ਵੱਡਾ ਨਜ਼ਰ ਆਉਂਦਾ ਫਰਕ ਕੁਛ ਇਸ ਤਰ੍ਹਾਂ ਦਾ ਜਿਵੇਂ ਨੌਰਥ ਪੋਲ ਔਰ ਸਾਊਥ ਪੋਲ ਦਾ ਫਰਕ ਹੁੰਦਾ ਉੱਥੋਂ ਦੀ ਜਿਹੜੀ ਪੋਲੀਟਿਕਸ ਹੈ ਮਹਾਰਾਸ਼ਟਰ ਦੀ ਉਹ ਜ਼ਿਆਦਾ ਦਖਲ ਅੰਦਾਜ਼ੀ ਕਰਦੀ ਨਹੀਂ ਪੁਲਿਸ ਦੇ ਕੰਮਾਂ 'ਚ ਬਹੁਤ ਇਹ ਜਿਹੜੇ ਇਨਕਾਊਂਟਰ ਸਪੈਸ਼ਲਿਸਟ ਆ 90% ਪੰਜਾਬ ਦੇ ਵਿੱਚ ਤਾਂ ਜੇ ਕਿਤੇ ਤੁਹਾਡੀ ਆਈ ਜੀ ਨਾਲ ਦੁਸ਼ਮਣੀ ਹੋ ਗਈ ਜਾਂ ਡੀ ਜੀ ਪੀ ਨਾਲ ਦੁਸ਼ਮਣੀ ਹੋ ਗਈ ਤੁਹਾਡੇ 'ਤੇ ਚਾਰ ਝੂਠੇ ਪਰਚੇ ਕਰਾ ਦੇਣਗੇ ਉਹ ਕਿਆ ਮਹਾਰਾਸ਼ਟਰ 'ਚ ਵੀ ਇਹੀ ਹੈ 1993 ਦੇ ਬੰਬ ਬਲਾਸਟ ਦੇ 80% ਐਕਿਊਜ ਜਿਹੜੇ ਸੀਗੇ ਉਹ ਦਹਿਸ਼ਤਗਰ ਨੇ ਫੜੇ ਆ ਕਸਟਮ ਆਫਿਸਰ ਨੇ ਪੁਲਿਸ ਨੇ ਨਹੀਂ ਫੜੇ ਇਹ ਲੋਕ ਲੜੇ ਅੱਤਵਾਦ ਨਾਲ ਡਿਪਾਰਟਮੈਂਟ ਬੰਦ ਕੇ ਤੁਹਾਨੂੰ 6 ਮਹੀਨੇ ਹੋ ਗਏ ਅਤੇ ਮੈਂ ਡੀ ਜੀ ਉਸ ਡਿਪਾਰਟਮੈਂਟ ਦਾ ਸਾਡੇ ਨਾਲ ਅੱਜ ਬਲਜੀਤ ਪਰਮਾਰ ਨੇ ਜਿਹੜੇ ਕਿ ਬਹੁਤ ਸੀਨੀਅਰ ਜਰਨਲਿਸਟ ਰਹੇ ਨੇ ਬੰਬੇ ਦੇ ਵਿੱਚ ਔਰ ਉਹਨਾਂ ਦੀ ਜੇ ਮੈਂ ਇੰਟਰੋਡਕਸ਼ਨ ਇਸ ਤਰੀਕੇ ਕਰਾਵਾਂ ਕਿ ਉਹ ਇੱਕ ਇਨਸਾਈਕਲੋਪੀਡੀਆ ਨੇ ਕ੍ਰਾਈਮ ਔਰ ਜਿਹੜੀ ਅੰਡਰਵਰਲਡ ਹੈ ਬੰਬੇ ਦੀ ਉਸ 'ਤੇ ਔਰ ਮਹਾਰਾਸ਼ਟਰ ਪੁਲਿਸ 'ਤੇ ਇਹ ਸ਼ਖਸ ਜਿਹੜੇ ਨੇ ਇਹਨਾਂ ਨੇ ਬਹੁਤ ਅੰਡਰਵਰਲਡ ਨੂੰ ਕਵਰ ਕੀਤਾ ਬਹੁਤ ਪੁਲਿਸ ਅਫਸਰ ਨੂੰ ਕਵਰ ਕੀਤਾ ਔਰ ਇਹਨਾਂ ਕੋਲ ਇੱਕ ਬਹੁਤ ਵੱਡਾ ਖਜ਼ਾਨਾ ਹੈ ਔਰ ਇਹਨਾਂ ਦੇ ਸੀਨੇ ਵਿੱਚ ਬਹੁਤ ਸਾਰੇ ਰਾਜ਼ ਦਫਨ ਨੇ ਜਿਹੜੇ ਕਿ ਅੱਜ ਅਸੀਂ ਕੋਸ਼ਿਸ਼ ਕਰਾਂਗੇ ਜਾਣਨ ਦੀ ਵੀ ਜਿਹੜੇ ਰਾਜ਼ ਅੱਜ ਤੱਕ ਇਹਨਾਂ ਦੇ ਸੀਨੇ 'ਚ ਨੇ ਉਹ ਲੋਕਾਂ ਤੱਕ ਪਹੁੰਚਣ ਔਰ ਲੋਕਾਂ ਨੂੰ ਪਤਾ ਚੱਲੇ ਵੀ ਦੁਨੀਆ ਬੰਬੇ ਦੀ ਚੱਲਦੀ ਕਿਵੇਂ ਹੈ ਔਰ ਡੌਕਸ ਜਿਹੜੇ ਹੈਗੇ ਨੇ ਜਿੱਥੋਂ ਵੱਡੇ ਵੱਡੇ ਡੌਨ ਨਿਕਲ ਕੇ ਬਾਹਰ ਆਏ ਨੇ ਉਹ ਕਿਵੇਂ ਬਣੇ ਔਰ ਉਹਨਾਂ ਦੀ ਜ਼ਿੰਦਗੀ ਕਿਵੇਂ ਚੱਲੀ ਪਰ ਪਹਿਲਾਂ ਅਸੀਂ
ਜਿਹੜਾ ਸਵਾਲ ਹੈ ਉਹ ਅਸੀਂ ਕਰਾਂਗੇ ਕਿ ਮਹਾਰਾਸ਼ਟਰਾ ਪੁਲਿਸ ਔਰ ਪੰਜਾਬ ਪੁਲਿਸ ਦੇ ਵਿੱਚ ਕੀ ਅੰਤਰ ਹੈ, ਕੀ ਉਹਨਾਂ ਦੇ ਕਰੈਕਟਰਿਸਟਿਕ 'ਚ ਫਰਕ ਹੈ, ਕੀ ਉਹਨਾਂ ਦੀ ਅਪਰੋਚ ਰਹਿੰਦੀ ਹੈ ਇੱਕ ਆਮ ਬੰਦੇ ਤਰਫ ਔਰ ਕੀ ਪੰਜਾਬ ਪੁਲਿਸ ਦੀ ਅਪਰੋਚ ਰਹਿੰਦੀ ਹੈ ਇੱਕ ਆਮ ਬੰਦੇ ਤਰਫ। ਪਰਮਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਮਹਾਰਾਸ਼ਟਰਾ ਪੁਲਿਸ ਔਰ ਪੰਜਾਬ ਪੁਲਿਸ ਦੇ ਅਫਸਰਾਂ 'ਚ ਤੁਹਾਨੂੰ ਕੀ ਫਰਕ ਵੱਡਾ ਨਜ਼ਰ ਆਉਂਦਾ? ਇਹ ਫਰਕ ਕੁਛ ਇਸ ਤਰ੍ਹਾਂ ਦਾ ਜਿਵੇਂ ਨੌਰਥ ਪੋਲ ਔਰ ਸਾਊਥ ਪੋਲ ਦਾ ਫਰਕ ਹੁੰਦਾ। ਉੱਥੋਂ ਦੀ ਜਿਹੜੀ ਪੋਲੀਟਿਕਸ ਹੈ ਮਹਾਰਾਸ਼ਟਰਾ ਦੀ, ਉਹ ਜ਼ਿਆਦਾ ਦਖਲ ਅੰਦਾਜ਼ੀ ਕਰਦੀ ਨਹੀਂ ਪੁਲਿਸ ਦੇ ਕੰਮਾਂ 'ਚ। ਉਹਦੇ ਦੋ ਕਾਰਨ ਆ। ਇੱਕ ਤਾਂ ਮਹਾਰਾਸ਼ਟਰਾ 'ਚ ਜਿਹੜੇ 30-35% ਅਫਸਰ ਜਿਹੜੇ ਨੇ ਸੀਨੀਅਰ ਲੈਵਲ 'ਤੇ IPS ਹਰ ਫੀਲਡ 'ਚ, IAS 'ਚ ਵੀ, IPS 'ਚ ਵੀ, IRS 'ਚ ਵੀ, ਇਨਕਮ ਟੈਕਸ 'ਚ, ਕਸਟਮ 'ਚ, ਉਹ ਦੇਸ਼ ਤੋਂ ਬਾਹਰੋਂ ਆਉਂਦੇ ਆ ਮਹਾਰਾਸ਼ਟਰਾ ਤੋਂ। ਲੋਕਲ ਆਫੀਸਰ ਜਿਹੜੇ ਹੁੰਦੇ ਆ ਥੋੜ੍ਹੇ ਜਿਹੇ ਘੱਟ ਹੁੰਦੇ ਆ। ਇਸ ਕਰਕੇ ਜਿਹੜੇ ਬਾਹਰੋਂ ਆਫੀਸਰ ਆਏ ਹੁੰਦੇ ਆ ਉਹਨਾਂ ਨੂੰ ਮਹਾਰਾਸ਼ਟਰਾ ਦਾ ਕਲਚਰ ਬੇਸਿਕਲੀ ਪਤਾ ਨਹੀਂ ਹੁੰਦਾ, ਅਤੇ ਉਹ ਉਹਨਾਂ ਨਾਲ ਫਿਰ ਜਿਹੜਾ ਪੋਲੀਟਿਕਸ ਦਾ ਰਾਬਤਾ ਹੈ ਪੋਲੀਟੀਸ਼ੀਅਨ ਦਾ, ਉਹ ਥੋੜ੍ਹਾ ਜਿਹਾ ਰਿਸਪੈਕਟਫੁੱਲ ਨਾ ਦਾ ਕਿ ਬੰਦਾ ਬਾਹਰੋਂ ਆਇਆ, ਅਸੀਂ ਇਹਨਾਂ ਨੂੰ ਬਦਤਮੀਜ਼ੀ ਕਰਾਂਗੇ ਅਤੇ ਸਾਡੇ ਰਾਜ ਦੀ ਬਦਨਾਮੀ ਹੋਊਗੀ। ਇਹ ਜਿਹੜਾ ਇੱਕ ਪ੍ਰੋਫੈਸ਼ਨਲ ਐਟੀਟਿਊਡ, ਜਿਹੜਾ ਜਿਹੜੀ ਟ੍ਰੇਨਿੰਗ ਹੈ ਮਹਾਰਾਸ਼ਟਰਾ ਦੇ ਜਿਹੜੇ ਟ੍ਰੇਨਿੰਗ ਸਕੂਲ ਨੇ ਕੌਂਸਟੇਬਲ ਦੇ, ਸਬ ਇੰਸਪੈਕਟਰ ਦੇ, ਉਹਦੇ 'ਚ ਤੁਸੀਂ ਮੰਨੋਗੇ ਨਹੀਂ, ਅੱਜ ਵੀ ਦੁਨੀਆ ਦੇ 68 ਦੇਸ਼ਾਂ ਦੇ ਪੁਲਿਸਮੈਨ ਆ ਕੇ ਟ੍ਰੇਨਿੰਗ ਲੈਂਦੇ ਆ ਮਹਾਰਾਸ਼ਟਰਾ 'ਚ। ਪੁਲਿਸ ਟ੍ਰੇਨਿੰਗ ਕਾਲਜ ਨਾਸਿਕ ਦੇ ਪੜ੍ਹੇ ਹੋਏ ਜਿਹੜੇ ਸਬ ਇੰਸਪੈਕਟਰ ਦਾ ਕੋਰਸ ਬੇਸਿਕ ਲੈਵਲ 'ਤੇ ਹੁੰਦਾ, ਉਹ ਕੋਰਸ ਕਰਕੇ ਗੋਪਾਲ ਸਿੰਘ ਵਰਗੇ ਬੰਦੇ ਮਰੇਸ਼ੀਅਸ ਦੇ ਪੁਲਿਸ ਕਮਿਸ਼ਨਰ ਬਣ ਗਏ, ਜ਼ਾਂਬੀਆ ਦੇ, ਕੀਨੀਆ ਦੇ, ਇਥੋਪੀਆ ਦੇ ਔਰ ਛੋਟੇ ਛੋਟੇ ਕੰਟਰੀਜ਼ ਦੇ ਲੋਕ ਆ ਕੇ, ਨੇਪਾਲ ਦਾ ਪੁਲਿਸ ਤਿੱਬਤ ਤੋਂ ਟ੍ਰੇਨਿੰਗ ਕਰਕੇ ਗਿਆ। ਮਤਲਬ ਇਹ ਇੱਕ ਟ੍ਰੇਨਿੰਗ ਜਿਹੜੀ ਹੈ ਉਹਦਾ ਜਿਹੜਾ ਸਟੈਂਡਰਡ ਹੈ ਉਹ ਬਹੁਤ ਵੱਡਾ ਗਿਣਿਆ ਜਾਂਦਾ ਪੂਰੇ ਕੰਟਰੀ 'ਚ ਮਹਾਰਾਸ਼ਟਰਾ ਦੀ ਪੁਲਿਸ ਟ੍ਰੇਨਿੰਗ ਦਾ। ਔਰ ਜਿਹੜੇ ਵਧੀਆ ਆਫੀਸਰ ਹੁੰਦੇ ਆ, ਤੁਸੀਂ ਹੈਰਾਨ ਹੋ ਗਏ ਸੁਣ ਕੇ ਕਿ ਜਿਹੜੇ ਆਫੀਸਰ IPS ਆਫੀਸਰ ਪੁਲਿਸ ਟ੍ਰੇਨਿੰਗ ਕਾਲਜ ਨਾਸਿਕ ਦੇ ਪ੍ਰਿੰਸੀਪਲ ਰਹੇ ਜਾਂ ਡਾਇਰੈਕਟਰ ਰਹੇ ਆ, ਜਿਵੇਂ ਡਾਕਟਰ ਅਰਵਿੰਦ ਇਨਾਮਦਾਰ, VK ਸਰਾਫ, ਅਮਰਜੀਤ ਸਿੰਘ ਸਾਂਬਰਾ, ਇਹ ਸਾਰੇ ਲੋਕ ਬਾਅਦ 'ਚ ਮਹਾਰਾਸ਼ਟਰਾ ਦੇ ਬੰਬੇ ਦੇ CP ਜਾਂ ਮਹਾਰਾਸ਼ਟਰ ਦੇ DG ਬਣੇ। ਬਾਕੀ ਦੂਜੀਆਂ ਸਟੇਟਾਂ 'ਚ ਜਿਹੜਾ ਕੋਈ ਆਫੀਸਰ ਅਨਵਾਂਟਡ ਹੁੰਦਾ ਜਾਂ ਸਰਕਾਰ ਜਾਂ ਪੋਲੀਟੀਸ਼ੀਅਨਾਂ ਨੂੰ ਇਨਕਨਵੀਨੀਅੰਟ ਕਿਸਮ ਦਾ ਆਫੀਸਰ ਸਮਝਦੇ ਆ, ਉਹਨੂੰ ਸਜ਼ਾ ਦੇਣ ਲਈ ਉਹਨੂੰ ਪੁਲਿਸ ਟ੍ਰੇਨਿੰਗ ਇੰਸਟੀਟਿਊਟ ਭੇਜਿਆ ਜਾਂਦਾ, ਜਿਵੇਂ ਪੰਜਾਬ 'ਚ ਫਲੋਰ ਭੇਜਤਾ ਜਾਂ ਕਿਤੇ ਹੋਰ ਭੇਜਤਾ। ਉੱਥੇ ਕੰਪੀਟੈਂਟ ਆਫੀਸਰ ਨੂੰ ਭੇਜਿਆ ਜਾਂਦਾ, ਉਹ ਜਿਹੜਾ ਕੰਪੀਟੈਂਟ ਆਫੀਸਰ ਜੋ ਟ੍ਰੇਨ ਕਰਦਾ ਅਤੇ ਉਹ ਅਫਸਰ ਜਿਹੜੇ ਸਾਰੀ ਉਮਰ ਯਾਦ ਰੱਖਦੇ ਉਹਨਾਂ ਨੂੰ ਫਿਰ, ਔਰ ਕਿਤੇ ਨਾ ਕਿਤੇ ਉਹਨਾਂ ਦੇ ਦਿਲੋਂ ਦਿਮਾਗ 'ਚ ਹੁੰਦਾ ਕਿ ਇਹ ਸਾਡੇ ਗੁਰੂ ਨੇ ਸਾਨੂੰ ਟ੍ਰੇਨਿੰਗ ਦਿੱਤੀ ਸੀ, ਉਹ ਤੋਂ ਬਾਹਰ ਨਹੀਂ ਜਾਣਾ। ਉਹਦੀ ਇੱਕ ਐਗਜ਼ਾਮਪਲ ਜਿਹੜੀ ਪੂਰੇ ਦੇਸ਼ 'ਚ ਮੰਨੀ ਜਾਂਦੀ ਹੈ, 1985 ਦਾ ਬੈਚ ਸਬ ਇੰਸਪੈਕਟਰ ਦਾ, ਜਿਹਨੂੰ ਮਿਸਟਰ ਅਰਵਿੰਦ ਇਨਾਮਦਾਰ ਜੋ ਬਾਅਦ ਮਹਾਰਾਸ਼ਟਰਾ ਦੇ DG ਰਹੇ, ਉਹਨਾਂ ਨੇ ਟ੍ਰੇਨ ਕੀਤਾ ਸੀ 2 ਸਾਲ। ਬਹੁਤੇ ਜਿਹੜੇ ਇਨਕਾਊਂਟਰ ਸਪੈਸ਼ਲਿਸਟ ਆ 90% ਉਹ ਉਸ ਬੈਚ ਦੇ ਨੇ, 1985 ਬੈਚ ਦੇ। ਮਤਲਬ ਉਹਨਾਂ ਦੀ ਟ੍ਰੇਨਿੰਗ ਇੰਨੀ ਵਧੀਆ ਸੀ ਕ੍ਰਾਈਮ ਨਾਲ ਲੜਨਾ ਕਿਵੇਂ ਆ, ਕ੍ਰਾਈਮ ਨਾਲ ਜੂਝਣਾ ਕਿਵੇਂ ਆ। ਔਰ ਤੀਜੀ ਗੱਲ, ਨੌਲੇਜ ਆਫ ਲਾਅ, ਉੱਥੇ 2 ਸਬਜੈਕਟ ਜਿਹੜੇ ਆ ਉਸ ਕਾਲਜ 'ਚ, ਦੇ ਆਰ ਫੁੱਲੀ ਡਿਵੋਟਿਡ ਟੂ ਲਾਅ ਐਂਡ ਇਟਸ ਇੰਪਲੀਮੈਂਟੇਸ਼ਨ। ਸਭ ਤੋਂ ਵੱਡਾ ਜਿਹੜਾ ਅੱਜ ਮਸਲਾ ਹੈ ਟੋਰਚਰ ਦਾ, ਅੱਜ ਕੱਲ੍ਹ ਝੂਠੇ ਪਰਚੇ ਔਰ ਝੂਠੇ ਕੇਸ ਔਰ ਟੋਰਚਰ, ਕਿਆ ਮਹਾਰਾਸ਼ਟਰਾ 'ਚ ਵੀ ਇਹੀ ਰਿਵਾਜ ਹੈ ਜਿਵੇਂ ਪੰਜਾਬ ਦੇ ਵਿੱਚ? ਤਾਂ ਜੇ ਕਿਤੇ ਤੁਹਾਡੀ IG ਨਾਲ ਦੁਸ਼ਮਣੀ ਹੋ ਗਈ ਜਾਂ DGP ਨਾਲ ਦੁਸ਼ਮਣੀ ਹੋ ਗਈ, ਤੁਹਾਡੇ 'ਤੇ 4 ਝੂਠੇ ਪਰਚੇ ਕਰਾ ਦੇਣਗੇ ਉਹ, ਕਿਆ ਮਹਾਰਾਸ਼ਟਰਾ 'ਚ ਵੀ ਇਹੀ ਹੈ? ਅਗਰ ਕਿਸੇ ਨੂੰ ਪੁੱਛਿਆ ਜਾਵੇ ਮਹਾਰਾਸ਼ਟਰਾ ਦੇ 10 ਕੇਸ ਕਰਾਓ ਜਿਹਨਾਂ 'ਚ ਹਿਊਮਨ ਟੋਰਚਰ ਹੋਇਆ ਹੋਵੇ, ਜਿਹਨੂੰ ਅਸੀਂ ਇਨਹਿਊਮਨ ਟੋਰਚਰ ਕਹਿ ਦਈਏ, 3rd degree ਕਹਿ ਦਈਏ, ਵਹਿਸ਼ਿਆਨਾ ਹਰਕਤ ਕਹਿ ਦਈਏ, ਉਹ ਮਹਾਰਾਸ਼ਟਰਾ 'ਚ ਗਿਣਨੀ ਪੈਂਦੀ ਹੈ। ਲੈ ਦੇ ਕੇ ਇੱਕਾ ਦੁੱਕਾ ਕੇਸ ਜਿਹੜੇ ਆ ਉਹ ਕਦੇ ਹੋ ਵੀ ਜਾਣ ਅਤੇ ਇੰਨਾ ਵੱਡਾ ਬਵਾਲ ਉੱਠਦਾ ਮਹਾਰਾਸ਼ਟਰਾ 'ਚ ਕਿ ਅਫਸਰਾਂ ਦਾ ਜੀਣਾ ਮਹਾਲ ਹੋ ਜਾਂਦਾ। ਮਤਲਬ ਉੱਥੇ ਅਗਰ ਇਹੋ ਜਿਹਾ ਟੋਰਚਰ ਹੁੰਦਾ ਤਾਂ ਉੱਥੇ ਇੱਕ ਇਸ਼ੂ ਬਣਦਾ, ਉੱਥੇ ਲੋਕਲ ਲੋਕ ਉਹਦੇ ਖਿਲਾਫ਼ ਆਵਾਜ਼ ਉਠਾਉਂਦੇ ਆ। ਅਤੇ ਬਹੁਤ ਇੱਕ ਮੇਰੀ ਸਾਰੀ ਜ਼ਿੰਦਗੀ 'ਚ ਮੈਂ 40 ਸਾਲ ਦੀ ਕਵਰੇਜ 'ਚ ਮੈਂ ਹਾਰਡਲੀ 2 ਜਾਂ 3 ਕੇਸ ਦੇਖੇ ਆ ਜਿੱਥੇ ਕਿਤੇ ਪੁਲਿਸ 'ਤੇ ਇਸ ਤਰ੍ਹਾਂ ਦਾ ਵਹਿਸ਼ਿਆਨਾ
ਹਰਕਤ ਦਾ ਇਲਜ਼ਾਮ ਲੱਗਿਆ ਹੋਵੇ। ਜਦਕਿ ਪੰਜਾਬ 'ਚ ਤੁਹਾਨੂੰ ਇਹ ਗਿਣਨਾ ਪਊਗਾ ਵੀ ਕਿਹੜੇ ਪੁਲਿਸ ਸਟੇਸ਼ਨ 'ਚ ਤਸ਼ੱਦਦ ਨਹੀਂ ਹੋਇਆ ਉਹ ਲੱਭੋ। ਸ਼ਾਇਦ ਇੱਕ ਅੱਧਾ ਕੋਈ ਦੋ ਚਾਰ ਪੂਰੇ ਸਟੇਟ ਪੁਲਿਸ ਸਟੇਸ਼ਨ ਹੋਣੇ ਆ ਜਿੱਥੇ ਕੋਈ ਇਹੋ ਜਿਹਾ ਕਿੱਸਾ ਸਾਕਾ ਹਰਕਤ ਨਾ ਹੋਈ ਹੋਵੇ। ਨਹੀਂ ਤਾਂ ਇੱਥੇ ਇਹ ਰੂਲ ਹੈ, ਡੰਡਾ ਮਾਰਨਾ, ਕੁੱਟਣਾ, ਮਾਰਨਾ, ਤਸ਼ੱਦਦ ਕਰਨਾ, ਮਤਲਬ ਨਾ ਬਾਅਦ 'ਚ ਪੁੱਛਦੇ ਆ ਅਤੇ ਕੁਟਾਪਾ ਪਹਿਲਾਂ ਹੋ ਜਾਂਦਾ। ਮਹਾਰਾਸ਼ਟਰ 'ਚ ਕੀ ਹੈ, ਉੱਥੇ ਆਦਮੀ ਦੀ ਇੱਕ ਡਿਗਨਿਟੀ ਸਮਝੀ ਜਾਂਦੀ ਹੈ, ਉਹਨੂੰ ਪੂਰਾ ਮੌਕਾ ਦਿੱਤਾ ਜਾਂਦਾ ਆਪਣੀ ਸਫਾਈ ਦਾ। ਕੁੱਟਮਾਰ ਤਾਂ ਹੁੰਦੀ ਹੈ ਲੇਕਿਨ ਉਹਨੂੰ ਅਸੀਂ ਥਰਡ ਡਿਗਰੀ ਟ੍ਰੀਟਮੈਂਟ ਨਹੀਂ ਕਹਿ ਸਕਦੇ, ਉਹ ਦੋ ਕੁ ਡਿਗਰੀ ਤੱਕ ਰੁਕ ਜਾਂਦੀ ਹੈ। ਲੇਕਿਨ ਉਹ ਬਹੁਤ ਰੇਅਰ ਕੇਸਿਸ 'ਚ ਹੁੰਦੀ ਹੈ, ਖਾਸ ਤੌਰ 'ਤੇ ਉਦੋਂ ਜਦੋਂ ਕੁਛ ਰਿਕਵਰੀ ਕਰਨੀ ਹੋਵੇ। ਰਿਕਵਰੀ ਵੀ ਕਿਸੇ ਵੱਡੀ ਚੀਜ਼ ਦੀ, ਜਿਵੇਂ ਆਮ ਦੀ ਰਿਕਵਰੀ ਕਰਨੀ ਹੋਵੇ, ਬੰਦਾ ਮੰਨ ਨਹੀਂ ਰਿਹਾ, ਉਹ ਤਾਂ ਫਿਰ ਕੁੱਟ ਥੋੜ੍ਹੀ ਬਹੁਤ ਕੁੱਟ ਤੱਕ ਆਏਗਾ, ਤਾਂ ਉਹ ਵੀ ਪੁਲਿਸਿੰਗ ਦਾ ਇੱਕ ਹਿੱਸਾ। ਲੇਕਿਨ ਇਹ ਨਹੀਂ ਹੁੰਦਾ ਕਦੇ ਵੀ ਤੁਸੀਂ ਤੁਹਾਨੂੰ ਕਿਸੇ ਪੁਲਿਸ ਸਟੇਸ਼ਨ 'ਚੋਂ ਬੰਦਿਆਂ ਦੇ ਚੀਕਾਂ ਮਾਰਨ ਦੀ ਆਵਾਜ਼ ਆਉਂਦੀ ਹੋਵੇ, ਕੋਈ ਕਿਸੇ ਪੁਲਿਸ ਸਟੇਸ਼ਨ 'ਚ ਕੋਈ ਟੋਰਚਰ ਰੂਮ ਹੋਵੇ, ਟੋਰਚਰ ਚੈਂਬਰ ਹੋਵੇ। ਟੋਰਚਰ ਜਿਹੜਾ ਉਹ ਪੰਜਾਬ 'ਚ ਖਾਸ ਤੌਰ 'ਤੇ ਇੱਕ ਰੂਲ ਹੈ, ਜਿਹੜਾ ਕਿ ਮਹਾਰਾਸ਼ਟਰ 'ਚ ਐਕਸੈਪਸ਼ਨ ਟੂ ਦਾ ਰੂਲ ਹੈ। ਇਹੋ ਜਿਹੇ ਕੇਸ ਤੁਹਾਨੂੰ ਕਿਹੜੇ ਲੱਗਦੇ ਨੇ ਪੰਜਾਬ ਦੇ ਵਿੱਚ ਵੀ ਜਿੱਥੇ ਬਹੁਤ ਜ਼ਿਆਦਾ ਤਸ਼ੱਦਦ ਹੋਈ ਹੈ ਔਰ ਧੱਕਾ ਹੋਇਆ ਵੀ ਉਹ ਜਿਹੇ ਔਫਿਸਰ ਕਦੀ ਮਹਾਰਾਸ਼ਟਰ 'ਚ ਹੋਏ ਹੀ ਨਹੀਂ ਗੇ? ਜਿੰਨਾ ਤਸ਼ੱਦਦ ਜ਼ੁਲਮ ਉਸ ਆਦਮੀ ਨੇ ਯੂਨੀਫਾਰਮ 'ਚ ਰਹਿ ਕੇ ਕੀਤਾ ਇਨੋਸੈਂਟ ਲੋਕਾਂ ਨਾਲ, ਮੈਂ ਕਹਿੰਦਾ ਚਲੋ ਜੇ ਉਹਨਾਂ 'ਚ ਕਿਸੇ ਨੂੰ ਕ੍ਰਾਈਮ ਵੀ ਕੀਤਾ ਹੋਵੇ ਤਾਂ ਇਹ ਤਰੀਕਾ ਨਹੀਂ ਹੁੰਦਾ ਕ੍ਰਾਈਮ ਨਾਲ ਡੀਲ ਕਰਨ ਦਾ। ਮਤਲਬ ਤੁਸੀਂ ਲੋਕਾਂ ਦੀ ਅੱਖਾਂ ਕੱਢਦੇ ਹੋ, ਉਹਨਾਂ ਦੇ ਹੱਡ ਪੈਰ ਤੋੜਦੇ ਹੋ, ਨੰਗੇ ਕਰਕੇ ਉਹਨਾਂ ਦੇ ਪ੍ਰਾਈਵੇਟ ਪਾਰਟਸ ਨੂੰ ਟੋਰਚਰ ਕਰੋ, ਉਹ ਵੀ ਲੋਕਾਂ ਦੇ ਸਾਹਮਣੇ, ਉਹਨਾਂ ਦੇ ਰਿਸ਼ਤੇਦਾਰਾਂ ਦੇ ਸਾਹਮਣੇ, ਔਰਤਾਂ ਦੇ ਸਾਹਮਣੇ। ਮਤਲਬ 84 ਸਾਲ ਦੀਆਂ ਔਰਤਾਂ ਤੁਹਾਡੇ ਅੱਗੇ ਗੜਗੜਾ ਰਹੀਆਂ ਕਿ ਮੇਰੀ ਔਲਾਦ ਨੂੰ, ਮੇਰੇ ਗ੍ਰੈਂਡ ਚਿਲਡਰਨ ਨੂੰ ਛੱਡ ਦਿਓ, ਰਹਿਮ ਕਰੋ, ਔਰ ਬੰਦਾ ਉਹਨਾਂ ਨੂੰ ਗਾਲਾਂ ਕੱਢ ਰਿਹਾ। ਮਤਲਬ ਜਿਸ ਬੰਦੇ ਨੇ ਇਹ ਨਹੀਂ ਸੋਚਿਆ ਕਿ ਇਸ ਔਰਤ ਦੀ ਉਮਰ ਮੇਰੀ ਮਾਂ ਵਰਗੀ ਹੈ, ਮੇਰੀ ਦਾਦੀ ਵਰਗੀ ਹੈ, ਉਸ ਔਰਤ ਨੂੰ ਗਾਲਾਂ ਕੱਢੀਆਂ। ਉਹ ਬੰਦਿਆਂ ਜਿਹੜੇ ਬੰਦਿਆਂ ਨੂੰ ਟੋਰਚਰ ਕੀਤਾ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟੋਰਚਰ ਕੀਤਾ, ਕਿ ਉਹ ਰਿਸ਼ਤੇਦਾਰਾਂ ਦੇ ਦੋਸਤਾਂ ਨੂੰ ਟੋਰਚਰ ਕੀਤਾ। ਮਤਲਬ ਇੱਕ ਸਕੀਮਬੰਦ ਤਰੀਕੇ ਨਾਲ, ਜਿਹਨੂੰ ਮਤਲਬ ਅਸੀਂ ਇਹਦਾ ਕਾਨੂੰਨ 'ਚ ਇਹੋ ਜਿਹੀ ਚੀਜ਼ ਦਾ ਕੋਈ ਮਾਨਾ ਨਹੀਂ ਉਹਨਾਂ ਦੇ ਸਾਹਮਣੇ, ਉਹ ਆਪਣੇ ਆਪ 'ਚ ਖੁਦਾ ਬਣ ਕੇ ਬੈਠੇ ਆ। ਔਰ ਉਹ ਆਦਮੀ ਨੇ, ਸਮੇਸ਼ ਸਿੰਘ ਸੈਣੀ ਨੇ, ਅਗਰ ਮੈਨੂੰ ਕੋਈ ਪੁੱਛੇ ਕਿ ਮੈਂ ਉੱਤੇ ਕੁਛ ਅੱਜ ਦੇ ਦਿਨ 'ਚ ਕੋਈ ਲਿਖਣਾ ਹੋਵੇ ਤਾਂ ਉਹਦਾ ਸਿਰਲੇਖ ਹੋਊਗਾ ਤਾਂ ਬੁੱਚਰ ਆਫ ਪੰਜਾਬ, ਮੈਂ ਇਹ ਉਹਦਾ ਹੈਡਿੰਗ ਰੱਖੂੰਗਾ ਕਿਤਾਬ ਦਾ ਜਾਂ ਆਰਟੀਕਲ ਦਾ। ਇੰਨੇ ਜ਼ੁਲਮ ਤਾਂ ਮੇਰੇ ਹਿਸਾਬ ਨਾਲ ਜਦੋਂ ਅਹਿਮਦ ਸ਼ਾਹ ਅਬਦਾਲੀ ਆਉਂਦੇ ਸੀ ਜਾਂ ਮੁਗਲਾਂ ਨੇ ਅਟੈਕ ਕੀਤੇ ਜਾਂ ਊਂਦ ਨੇ ਕੀਤੇ ਜਾਂ ਬੁੱਧ ਬਾਅਦ ਅੰਗਰੇਜ਼ਾਂ ਨੇ ਕੀਤੇ, ਇੰਨਾ ਟੋਰਚਰ ਤਾਂ ਅਸੀਂ ਇਤਿਹਾਸ 'ਚ ਜਾਂ ਤਾਂ ਥੋੜ੍ਹਾ ਜਿਹਾ ਔਰੰਗਜ਼ੇਬ ਦੇ ਟਾਈਮ 'ਤੇ ਸੁਣਿਆ ਸੀ, ਜਦੋਂ ਸਾਡੀਆਂ ਛੋਟੀਆਂ ਛੋਟੀਆਂ ਜਿੰਦਾਂ ਦੀਵਾਰਾਂ 'ਚ ਚੜੀਆਂ, ਦੋ ਸਾਹਿਬਜ਼ਾਦੇ ਬੱਚੀ ਉਮਰ 'ਚ ਲੜ ਕੇ ਮਰੇ ਜ਼ੁਲਮ ਨਾਲ। ਆਹ ਜਿਹੜਾ ਸਮੇਤ ਸੈਣੀ ਨੇ ਕੰਮ ਕੀਤਾ ਪੰਜਾਬ 'ਚ, ਉਹ ਇਕੱਲਾ ਨਹੀਂ, ਉਹਦੇ ਵਰਗੇ ਹੋਰ ਵੀ ਕਈ ਹੈਗੇ ਆ, ਉਹ ਕਈ ਤਾਂ ਸਾਹਮਣੇ ਆਏ ਆ, ਕਈ ਹੋਰ ਵੀ ਆਉਣਗੇ। ਇਹ ਜਿਹੜਾ ਨਾ, ਇਹ ਤਾਂ ਮਤਲਬ ਬਿਲਕੁਲ ਕਿਸੇ ਵੀ ਤਰੀਕੇ ਨਾਲ ਮਾਫ਼ੀ ਦੇ ਕਾਬਿਲ ਹੈ ਹੀ ਨਹੀਂ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਸਰਕਾਰ ਉਹਦੇ 7 ਸਾਲ ਉਹਦੇ ਸੀਨੀਅਰ ਅਫਸਰਾਂ ਨੂੰ ਛੱਡ ਕੇ 12-13 ਅਫਸਰਾਂ ਨੂੰ ਨਜ਼ਰਅੰਦਾਜ਼ ਕਰਕੇ, ਕੁਝ ਅਫਸਰਾਂ ਦੀਆਂ ਬਦਲੀਆਂ ਕਰਕੇ, ਉਹਦੇ ਸੀਨੀਅਰਸ 'ਤੇ ਝੂਠੇ ਕੇਸ ਪਾ ਕੇ, ਇਹ ਸਭ ਵੀ ਉਹਨੂੰ DG ਬਣਾ ਰਹੇ ਨੇ। ਮਤਲਬ ਹੈਰਾਨੀ ਦੀ ਗੱਲ ਹੈ, ਇੱਕ ਆਦਮੀ ਜਿਹਨੂੰ ਫਾਂਸੀ ਦੇ ਤਖ਼ਤੇ 'ਤੇ ਹੋਣਾ ਚਾਹੀਦਾ ਇਹੋ ਜਿਹੀਆਂ ਹਰਕਤਾਂ, ਤੁਸੀਂ ਸੋਚ ਕੇ ਦੇਖੋ, ਅਗਰ ਇਹੋ ਜਿਹਾ ਕੰਮ ਕਿਸੇ ਆਰਡੀਨਰੀ ਆਦਮੀ ਨੇ ਕੀਤਾ ਹੁੰਦਾ, ਮੈਂ ਕੀਤਾ ਹੁੰਦਾ, ਤੁਸੀਂ ਕੀਤਾ ਹੁੰਦਾ, ਇਹਦਾ ਅੱਧਾ ਵੀ, ਚੌਥਾ ਹਿੱਸਾ, ਉਹਦੀ ਕੀ ਹਾਲਤ ਹੋਣੀ ਸੀ? ਨੈਚੁਰਲੀ ਇਹ ਬਿਲਕੁਲ ਠੀਕ ਗੱਲ ਕਹਿ ਰਹੇ ਨੇ ਪਰਮਾਰ ਸਾਹਿਬ ਵੀ, ਜੇ ਇਸ ਦਾ ਚੌਥਾ ਹਿੱਸਾ ਵੀ ਕਿਸੇ ਨੇ ਕੀਤਾ ਹੁੰਦਾ, ਸੁਮੇਸ਼ ਸਿੰਘ ਸੈਣੀ ਦੇ ਇਲਾਵਾ ਕੋਈ IG ਰੈਂਕ ਦੇ ਅਫਸਰ ਜਾਂ SSP ਰੈਂਕ ਦੇ ਅਫਸਰ ਨੇ ਕੀਤਾ ਹੁੰਦਾ, ਹੁਣ ਤਾਂ ਹੀ ਉਹਦਾ ਪੂਰਾ ਖਾਨਦਾਨ ਪੰਜਾਬ ਪੁਲਿਸ ਚੱਕ ਲੈਂਦੀ ਔਰ ਪੂਰੀ ਉਹਦੇ 'ਤੇ ਪਰਚੇ ਹੋ ਜਾਂਦੇ, ਉਹਦੇ ਖਾਨਦਾਨ 'ਤੇ ਪਰਚੇ ਹੋ ਜਾਂਦੇ ਔਰ ਉਹਨੂੰ ਹਾਲੇ ਤੱਕ ਅਰੈਸਟ ਕਰਕੇ ਅੰਦਰ ਕੀਤਾ ਹੋਣਾ ਸੀ। ਬਿਲਕੁਲ ਤੁਸੀਂ ਠੀਕ ਗੱਲ ਕਹੀ ਕਿ ਇਹ ਜਿਹਾ, ਪਰ ਸੁਮੇਸ਼ ਸਿੰਘ ਸੈਣੀ ਇਹ ਪਲੀ ਲੈਂਦਾ ਹੈ ਕਿ ਜੀ ਮੈਂ ਅੱਤਵਾਦ ਨਾਲ ਲੜਿਆ, ਬਈ ਅੱਤਵਾਦੀਆਂ ਨਾਲ ਲੜਿਆ ਮੈਂ ਔਰ ਅੱਤਵਾਦ ਦੇ ਲੜਨ 'ਚ ਮੇਰੇ 'ਤੇ ਝੂਠੇ ਐਲੀਗੇਸ਼ਨ ਲੱਗੇ ਨੇ, ਤੁਹਾਡਾ ਇਸ ਬਾਰੇ ਕੀ ਕਹਿਣਾ? ਤੁਸੀਂ ਕਦੇ, ਤੁਸੀਂ ਲੋਕਲ ਪੱਤਰਕਾਰ ਹੋ ਇੱਥੋਂ ਦੇ, ਮੈਂ ਤਾਂ ਬਾਹਰੋਂ ਆਇਆ,
ਤੁਸੀਂ ਕਦੇ ਤੁਹਾਨੂੰ ਮੌਕਾ ਉਹਨੂੰ ਇੰਟਰਵਿਊ ਕਰਨ ਦਾ ਮੌਕਾ ਮਿਲੇ ਮਿਸ ਸੈਣੀ ਨੂੰ, ਉਹਨੂੰ ਪੁੱਛੇ ਵੀ ਤੂੰ ਅੱਤਵਾਦੀ ਲਿਸਟ 'ਤੇ ਦੇ ਜਿਹੜੇ ਤੂੰ ਮਾਰੇ ਆ ਉਹਨਾਂ ਦਾ ਕ੍ਰਾਈਮ ਕੀ ਸੀ? ਉਹ ਅੱਤਵਾਦੀ ਤੁਸੀਂ ਕਿਸੇ ਦੇ ਮੱਥੇ 'ਤੇ ਵੀ ਲਿਖ ਸਕਦੇ ਹੋ। ਉਹ ਅੱਤਵਾਦੀ ਜਿਹੜਾ ਤੂੰ ਮਾਰਿਆ ਉਹਨੇ ਕੀਤਾ ਕੀ ਸੀ ਉਹ ਦੱਸ ਪਹਿਲਾਂ। ਜਿਹੜੇ ਚਾਰ ਬੰਦੇ ਤੁਸੀਂ ਕਾਰ 'ਚ ਪਾ ਕੇ ਮੰਡੀ ਗੋਬਿੰਦਗੜ੍ਹ ਦੀ ਇੱਕ ਸਟੀਲ ਫੈਕਟਰੀ ਦੀ ਫਰਨਿਸ਼ ਸਿੱਟ 'ਤੇ ਸੜੇ ਕਾਰ ਦੇ, ਉਹ ਕਿੱਥੋਂ ਦੇ ਅੱਤਵਾਦੀ ਸੀ? ਉਹ ਤਾਂ ਇੱਕ ਹਿੰਦੂ ਪਰਿਵਾਰ ਸੀ ਜਿਹੜਾ ਕਿ ਇਹਦੇ ਰਿਸ਼ਤੇਦਾਰਾਂ 'ਚ ਪੈਂਦਾ ਸੀ, ਔਰ ਉਹ ਹਿੰਦੂ ਪਰਿਵਾਰ ਨੂੰ ਮਾਰਿਆ। ਉਹਦਾ ਕੇਸ ਆਲਰੇਡੀ CBI ਨੇ ਰਿਪੋਰਟ ਦਿੱਤੀ ਹੈ ਔਰ ਉਹ 30 ਸਾਲਾਂ ਤੋਂ ਚੱਲ ਰਿਹਾ। ਇਹ ਉਹ ਕਿਹੜੇ ਅੱਤਵਾਦੀ ਸੀ ਜਿਹਨਾਂ ਨੂੰ ਇਹਨੇ ਇਹ ਟ੍ਰੀਟਮੈਂਟ ਦਿੱਤੀ ਹੈ, ਜਾਂ ਜਿਹੜੇ ਲੋਕਾਂ ਨੂੰ ਇਹਨੇ ਮਾਰਿਆ ਉਹਦੇ 'ਤੇ ਅੱਤਵਾਦ ਦੇ ਕਿੰਨੇ ਕੇਸ ਸੀਗੇ ਉਹਨਾਂ 'ਤੇ? ਇਹ ਅੱਤਵਾਦ ਨਾਲ ਲੜਾਈ ਕੋਈ ਨਹੀਂ ਸੀ, ਇਹ ਆਪ ਖੁਦ ਅੱਤਵਾਦੀ ਹੈ ਇਹ ਆਦਮੀ। ਇਹਨੂੰ ਮੈਂ ਇਹਨੂੰ ਅੱਤਵਾਦ ਕੀ ਹੁੰਦਾ? ਐਕਸਟਰਾ ਜੁਡੀਸ਼ੀਅਲ ਐਕਸ਼ਨਸ, ਜਿਹੜਾ ਕੰਮ ਤੁਸੀਂ ਕਾਨੂੰਨ ਦੇ ਤਰੀਕੇ ਨਾਲ ਨਹੀਂ ਕਰ ਸਕਦੇ ਉਹਨੂੰ ਗੈਰ ਕਾਨੂੰਨੀ ਨਾਲ ਕਰਨਾ, ਗੈਰ ਕਾਨੂੰਨੀ ਤਰੀਕੇ ਨਾਲ ਕਰਨਾ, ਉਹਨੂੰ ਫਿਰ ਅੱਗੇ ਧਰਮ ਦੀ ਰੰਗਤ ਦੇਣੀ ਜਾਂ ਕੋਈ ਹੋਰ ਇਹੋ ਜਿਹਾ ਪੋਲੀਟੀਕਲ ਆਈਡੋਲੋਜੀ ਦੀ ਰੰਗਤ ਦੇਣੀ, ਕਿਤੇ ਨਾ ਕਿਤੇ ਅੱਤਵਾਦੀ ਜਿਹੜੇ ਆ ਉਹ ਇੱਕ ਅਕੀਦਾ ਲੈ ਕੇ ਚੱਲਦੇ ਅਤੇ ਆਪਣੇ ਲਾਈਨ ਤੋਂ ਬਾਹਰ ਨਹੀਂ ਸੀ ਜਾਂਦੇ। ਉਹ ਜਿਹੜੀ ਉਹਨਾਂ ਦੀ ਸੋਚ, ਉਹਨਾਂ ਦੀ ਪਾਰਟੀ ਥਿੰਕਿੰਗ ਜਾਂ ਜਥੇ ਦੀ ਥਿੰਕਿੰਗ ਜਾਂ ਜੋ ਵੀ ਸੀ ਉਹਦੇ ਮੁਤਾਬਕ ਚੱਲਦੇ ਸੀ। ਸੈਣੀ ਨੇ ਤਾਂ ਇਹੋ ਜਿਹਾ ਕੋਈ ਰਾਹ ਚੁਣਿਆ ਹੀ ਨਹੀਂ, ਉਹਨੇ ਮਤਲਬ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕੀਤੀ, ਆਪਣੇ ਸੀਨੀਅਰ ਦੀ ਪਰਵਾਹ ਨਹੀਂ ਕੀਤੀ, ਔਰ ਦਿਨੇ ਰਾਤ ਮਤਲਬ ਨਸ਼ੇ 'ਚ ਧੁੱਤ ਰਹਿਣਾ, ਸੀਨੀਅਰਸ ਨੂੰ ਗਾਲਾਂ ਕੱਢਣੀਆਂ, ਬਾਦਲ ਪਰਿਵਾਰ ਨਾਲ ਮਿਲ ਕੇ, ਕੁਝ ਕਾਂਗਰਸੀ ਲੀਡਰਾਂ ਨਾਲ ਮਿਲ ਕੇ, ਕੁਝ BJP ਦੇ ਲੀਡਰਾਂ ਨਾਲ ਮਿਲ ਕੇ, ਕੁਝ ਸੈਂਟਰਲ ਏਜੰਸੀਜ਼ ਦੇ ਵੱਡੇ ਅਫਸਰਾਂ ਨਾਲ ਮਿਲ ਕੇ ਤੁਸੀਂ ਆਪਣੇ ਗੁਨਾਹਾਂ 'ਤੇ ਪਰਦਾ ਪਾਈ ਜਾ ਰਹੇ ਹੋ ਸਿਰਫ ਇਸ ਕਰਕੇ ਕਿ ਮੈਂ ਅੱਤਵਾਦ ਨਾਲ ਲੜਿਆ। ਅੱਤਵਾਦ ਨਾਲ ਜਿਹੜੇ ਲੜੇ ਆ ਉਹਨਾਂ ਨੂੰ ਜਾ ਕੇ ਪੁੱਛੋ। ਅੱਤਵਾਦ ਨਾਲ ਲੜਿਆ KPS ਗਿੱਲ, ਅੱਤਵਾਦ ਨਾਲ ਲੜਿਆ ਸਰਬਜੀਤ ਸਿੰਘ ਵਿਰਕ, ਅੱਤਵਾਦ ਨਾਲ ਲੜੇ ਮਹਾਰਾਸ਼ਟਰ ਦੇ ਆਫਿਸਰ ਅਮਰਜੀਤ ਸਿੰਘ ਸਾਂਬਰਾ, AA ਖਾਨ, ਅੱਤਵਾਦ ਨਾਲ ਲੜਿਆ ਅਰਵਿੰਦ ਇਨਾਮਦਾਰ, ਅੱਤਵਾਦ ਨਾਲ ਲੜਿਆ ਕਸਟਮ ਆਫਿਸਰ ਦਇਆ ਸ਼ੰਕਰ। 1993 ਦੇ ਬੰਬ ਬਲਾਸਟ ਦੇ 80% ਅਕਿਊਜ਼ ਜਿਹੜੇ ਸੀਗੇ ਉਹ ਦਇਆ ਸ਼ੰਕਰ ਨੇ ਫੜੇ ਆ, ਕਸਟਮ ਆਫਿਸਰ ਨੇ, ਪੁਲਿਸ ਨੇ ਨਹੀਂ ਫੜੇ। ਇਹ ਲੋਕ ਲੜੇ ਅੱਤਵਾਦ ਨਾਲ, ਉਹਨਾਂ ਨੇ ਤਕਲੀਫਾਂ ਵੀ ਦੇਖੀਆਂ ਸਭ। ਸੈਣੀ ਨੇ ਕਿਹੜਾ ਅੱਤਵਾਦ ਲੜਿਆ? ਇੱਥੇ ਮੈਂ ਇਹ ਗੱਲ ਬੜੀ ਸਾਫ਼ ਤੌਰ 'ਤੇ ਕਹੂੰਗਾ ਕਿ ਜਿੰਨੀ ਪੋਲੀਟੀਕਲ ਪੈਟਰਨ ਦੇ ਬਾਦਲ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਹੈ, ਕ੍ਰਿਮੀਨਲ ਐਲੀਮੈਂਟ ਜਿੰਨੇ ਉਹਨਾਂ ਨੇ ਬਚਾਏ ਆ, ਪਾਲੇ ਹੈ ਆਪਣੇ ਪੋਲੀਟੀਕਲ ਮਕਸਦ ਪੂਰੇ ਕਰਨ ਲਈ, ਇਮਾਨਦਾਰ ਅਫਸਰਾਂ ਨੂੰ ਤੰਗ ਕਰਨ ਲਈ, ਇਮਾਨਦਾਰ ਲੀਡਰਾਂ ਨੂੰ ਥੱਲੇ ਲਾਉਣ ਲਈ, ਆਪਣੀਆਂ ਪੋਲੀਟੀਕਲ ਰੋਟੀਆਂ ਸੇਕਣ ਲਈ। ਮੈਂ ਕਈ ਇਹੋ ਜਿਹੇ ਅਫਸਰਾਂ ਨੂੰ ਜਾਣਦਾ ਜਿਹਦੇ ਨੇ ਮੈਨੂੰ ਆਪਣੇ ਮੂੰਹੀਂ ਦੱਸਿਆ ਕਿ ਮੈਨੂੰ ਇੱਕ ਜਗ੍ਹਾ 'ਤੇ ਪੋਸਟਿੰਗ ਲੈਣ ਲਈ ਆਪਣੇ MLA ਨੂੰ ਪੈਸੇ ਦੇਣੇ ਪੈਂਦੇ ਆ, MLA ਉਹ ਪੈਸੇ ਤੋਂ ਇਕੱਠੇ ਕਰਕੇ ਅੱਗੇ ਚੀਫ ਮਿਨਿਸਟਰ ਨੂੰ ਦਿੰਦਾ, ਮਿਨਿਸਟਰ ਨੂੰ ਦਿੰਦਾ। ਔਰ ਮੈਂ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਗਿਆ ਸੀ, ਇੱਕ SP ਦੇ ਨਾਲ, ਇੱਕ MLA ਵੀ ਨਾਲ ਸੀਗਾ। ਉਹਨਾਂ ਨੂੰ ਪਤਾ ਕਿ ਮੈਂ ਕੌਣ ਹਾਂ, ਉਹਨੇ ਸਿੱਧਾ MLA ਨੂੰ ਕਿਹਾ ਵੀ ਤੂੰ 6 ਮਹੀਨੇ ਪਹਿਲਾਂ ਮੈਨੂੰ ਕਹਿ ਕੇ ਇਹਦੀ ਪੋਸਟਿੰਗ ਕਰਾਈ ਸੀ ਕਿ SP ਮੈਨੂੰ ਦੇ ਦਿਓ, ਮੈਂ ਦੇ ਤਾ, ਹੁਣ ਇਹ ਤੇਰਾ ਕੰਮ ਕਰੇ ਨਾ ਕਰੇ ਤੂੰ ਖਸਮ ਨੂੰ ਖਾਉਣ, 4 ਗਾਲਾਂ ਵੀ ਕੱਢੀਆਂ ਸੁਖਬੀਰ ਨੇ ਵੀ ਤੂੰ ਜੋ ਕਰਨਾ ਕਰ, ਤੇਰੇ ਕਹਿਣ 'ਤੇ ਮੈਂ ਲਾਇਆ ਸੀ, ਹੁਣ ਜੇ ਤੇਰੀ ਗੱਲ ਨਹੀਂ ਮੰਨਦਾ ਤਾਂ ਮੈਂ ਕੁਛ ਨਹੀਂ ਕਰ ਸਕਦਾ, ਇਹ ਤੂੰ ਇਹਨੂੰ ਤੈਨੂੰ ਬਰਦਾਸ਼ਤ ਕਰਨਾ ਪਊਗਾ, ਜਾਓ ਭੱਜ, ਹੁਣ ਮੇਰੇ ਕੋਲ ਟਾਈਮ ਨਹੀਂ ਹੈ। ਇਹ ਇੱਕ MLA ਨੂੰ ਔਰ ਇੱਕ SP ਨੂੰ ਸੁਖਬੀਰ ਬਾਦਲ ਦਾ ਗੱਲ ਕਰਨ ਦਾ ਤਰੀਕਾ ਸੀ। ਸੋ ਮਤਲਬ ਜਿਹੜਾ ਕੰਮ ਕਰਨ ਲਈ ਤੁਹਾਨੂੰ ਯੂਨੀਫਾਰਮ ਦਿੱਤੀ ਗਈ ਹੈ, ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਲਈ, ਲੋਕਾਂ ਦੀ ਪ੍ਰੋਪਰਟੀ ਦੀ, ਸਰਕਾਰੀ ਪ੍ਰੋਪਰਟੀ ਦੀ, ਉਹਨੂੰ ਤਾਂ ਉਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਪੈਸਾ ਕਿੱਥੋਂ ਆਉਣਾ, ਕਿਵੇਂ ਆਉਣਾ, ਉੱਤੇ ਕਿਵੇਂ ਪਹੁੰਚਾਉਣਾ, ਉਹਦੇ 'ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਅਤੇ ਪੁਲਿਸ ਨੇ ਤਾਂ ਮਾਰ ਖਾਣੀ ਹੈ। ਇਮਾਨਦਾਰ ਆਫਿਸਰ ਨੂੰ ਸਾਈਡ ਪੋਸਟ ਨਾਲ ਦੇ ਕੇ ਬਿਠਾ ਦੋਗੇ? ਬੜਾ ਹਾਸਾ ਆਉਂਦਾ ਜਦੋਂ ਮੈਂ DG ਲੈਵਲ ਦੇ ਆਫਿਸ ਨਾਲ ਗੱਲ ਕਰਿਆ ਸੀ 2 ਦਿਨ ਪਹਿਲਾਂ, ਮੈਂ ਕਿਹਾ ਤੁਹਾਡੀ ਕਿੱਥੇ ਪੋਸਟਿੰਗ ਆ? ਉਹ ਕਹਿੰਦਾ ਮੇਰੀ ਪੋਸਟਿੰਗ ਉੱਥੇ ਕੀਤੀ ਹੈ DG ਉਸ ਡਿਪਾਰਟਮੈਂਟ, ਡਿਪਾਰਟਮੈਂਟ ਖਤਮ ਕਰਤਾ, ਕੋਈ ਕੰਮ ਨਹੀਂ, ਮੈਂ ਖਾਲੀ ਬੈਠਾ, ਡਿਪਾਰਟਮੈਂਟ ਬੰਦ ਕੇ ਤੁਹਾਨੂੰ 6 ਮਹੀਨੇ ਹੋ ਗਏ ਅਤੇ ਮੈਂ DG ਉਸ ਡਿਪਾਰਟਮੈਂਟ ਦਾ 6 ਮਹੀਨੇ ਤੋਂ ਮੈਂ ਕੋਈ ਸਰਕਾਰੀ ਫਾਈਲ ਨਹੀਂ ਦੇਖੀ, ਮੈਂ ਦਸਖਤ ਨਹੀਂ ਕੀਤਾ। DG ਲੈਵਲ ਦਾ ਆਫਿਸ, ਪੰਜਾਬ ਦਾ DG। ਮੈਂ ਇੱਕ ਨਾਮ ਹੋਰ ਲੈਣਾ ਚਾਹਾਂਗਾ, ਰਿਬੈਰੋ ਸਾਹਿਬ ਆਏ ਸੀ ਮਹਾਰਾਸ਼ਟਰਾ ਕਾਡਰ ਤੋਂ, ਸਪੈਸ਼ਲੀ ਉਹਨਾਂ ਨੂੰ ਬੁਲਾਇਆ ਗਿਆ ਸੀ। ਮੈਨੂੰ ਹਾਦਸਾ ਆਉਂਦਾ, ਤੁਸੀਂ ਦੱਸੋ ਅਗਰ ਪੰਜਾਬ ਦੇ ਅਫਸਰ ਇੰਨੇ ਚੰਗੇ ਹੁੰਦੇ, IPS ਇੰਨੇ ਕਾਬਲ ਹੁੰਦੇ, ਜੇ ਤੁਹਾਨੂੰ ਰਿਬੈਰੋ ਮਹਾਰਾਸ਼ਟਰ ਤੋਂ ਕਿਉਂ ਸੱਦਣਾ ਪੈਂਦਾ, ਤੁਹਾਨੂੰ SS ਵਿਰਕ ਮਹਾਰਾਸ਼ਟਰ ਤੋਂ ਕਿਉਂ ਸੱਦਣਾ ਪੈਂਦਾ,
ਤੁਹਾਨੂੰ ਪਰਮਦੀਪ ਸਿੰਘ ਗਿੱਲ ਜੰਮੂ ਕਸ਼ਮੀਰ ਤੋਂ ਕੋਲ ਲੈ ਕੇ ਆਉਣਾ ਪੈਂਦਾ ਡੀਜੀ ਬਣਾਉਣ ਲਈ ਕਿ ਪੰਜਾਬ 'ਚ ਆਈਪੀਐਸ ਅਫਸਰ ਹੈ ਨਹੀਂ ਗੇ ਉਹਦਾ ਭਰਾ ਉਹਦੇ ਨਾਲ ਸੀਨੀਅਰ ਸੀ ਸਗਾ ਭਰਾ ਪਰਮਦੀਪ ਗਿੱਲ ਦਾ ਉਹਨੂੰ ਤਾਂ ਡੀਜੀ ਨਹੀਂ ਬਣਾਇਆ ਛੋਟੇ ਭਰਾ ਨੂੰ ਲਿਆ ਕੇ ਬਣਾਇਆ ਉਹ ਭਰਾਵਾਂ ਦੀ ਲੜਾਈ ਕਰਾ ਦਿੱਤੀ ਉਹਨਾਂ ਦੇ ਘਰ 'ਚ ਕੱਦ ਹੋ ਗਈ ਪੂਰਾ ਪਰਿਵਾਰ ਉਹਨਾਂ ਦਾ ਅੱਡ ਅੱਡ ਹੋ ਗਿਆ ਇਹ ਕਿੱਥੋਂ ਦੀ ਪੁਲਿਸਿੰਗ ਹੈ ਇਹ ਕਿਹੜਾ ਤੁਹਾਡਾ ਹਕੂਮਤ ਕਰਨ ਦਾ ਤਰੀਕਾ ਇੱਕ ਪਰਿਵਾਰ ਦੇ ਇੱਕ ਟਾਈਮ 'ਤੇ 18 ਰਿਸ਼ਤੇਦਾਰ ਜਾਂ MLA ਸੀ ਜਾਂ ਮੰਤਰੀ ਸੀ ਇੱਕ ਪਰਿਵਾਰ ਜੋ ਅੱਜ ਤੋਂ 40 ਸਾਲ ਪਹਿਲਾਂ ਲੋਨ ਲੈ ਕੇ ਦਿੱਲੀ ਦੀ ਫਾਈਨਾਂਸ ਕੰਪਨੀ ਤੋਂ ਬੱਸਾਂ ਖਰੀਦਦੇ ਸੀ ਬੱਸ ਦੀ ਕਿਸ਼ਤ ਨਹੀਂ ਸੀ ਭਰੀ ਜਾਂਦੀ ਤਾਂ ਦਿੱਲੀ ਦਾ ਉਹ ਆਨੰਦ ਸਾਹਿਬ ਆ ਕੇ ਇਹਨਾਂ ਦੀਆਂ ਬੱਸਾਂ ਖੋਹ ਕੇ ਲੈ ਜਾਂਦੇ ਸੀ ਦਿੱਲੀ ਵਾਪਸ ਉਹ 40 ਸਾਲਾਂ 'ਚ ਤੁਹਾਡਾ ਅੱਜ ਕਿੰਨਾ ਇਹਨਾਂ ਪਹਿਲਾਂ ਪੈਸਾ ਕਿੱਥੋਂ ਆ ਗਿਆ ਤੁਹਾਡੇ ਉਹ ਕਿਸ਼ਤਾਂ ਭਰਦੇ ਪੈਸੇ ਨਹੀਂ ਸੀ ਹੁੰਦੇ ਮਤਲਬ ਆਪਣੀਆਂ ਕਮਜ਼ੋਰੀਆਂ ਆਪਣੀਆਂ ਕਰਪਸ਼ਨ ਉਹਨੂੰ ਛੁਪਾਉਣ ਲਈ ਤੁਹਾਨੂੰ ਕਰਪਟ ਬੰਦਿਆਂ ਦੀ ਜ਼ਰੂਰਤ ਹੁੰਦੀ ਆ ਔਰ ਇਹੋ ਜਿਹੇ ਬੰਦੇ ਨੂੰ ਤੁਸੀਂ ਐਂਟੀ ਕਰਪਸ਼ਨ ਬਿਊਰੋ ਚਲਾਉਂਦੇ ਹੋ ਵਿਜੀਲੈਂਸ ਡਿਪਾਰਟਮੈਂਟ ਚਲਾਉਂਦੇ ਹੋ ਉਹ 'ਤੇ ਉਹ ਬੰਦਾ ਆਪਣੀਆਂ ਤੁਹਾਡੇ ਵਿਆਹ 'ਤੇ ਪੋਲੀਟੀਸ਼ੀਅਨ ਦੇ ਵਿਆਹ 'ਤੇ ਆਪਣੀਆਂ ਕੁੰਦਕਾਂ ਕੱਢਣ ਲਈ ਉਹ ਜਿਹੜੇ ਸੀਨੀਅਰ ਅਫਸਰ ਹੈ ਵਿਰਕ ਹੋਵੇ ਇਹੋ ਜਿਹੇ ਹੋਰ ਵੀ 5-7 ਹੈਗੇ ਆ ਜਿਹਨਾਂ ਤੁਸੀਂ ਕੇਸ ਬਣਾਓ ਝੂਠੇ ਉਹ ਔਰ ਅੰਤ 'ਚ ਤੁਸੀਂ ਉਹਨਾਂ ਦਾ ਕੈਰੀਅਰ ਖਰਾਬ ਕਰਨ ਦੀ ਕੋਸ਼ਿਸ਼ ਕਰਕੇ ਉਹਨਾਂ ਨੂੰ ਮੈਂਟਲ ਟੋਰਚਰ ਕਰਕੇ ਤੁਸੀਂ ਕੇਸ ਵਿਟਰਾ ਕਰਦੇ ਹੋ ਇਹ ਨਹੀਂ ਕਿ ਤੁਸੀਂ ਕੇਸ ਹਾਰੇ ਹੋ ਕਿ ਜਾਂ ਵਿਰਕ ਦਾ ਕੇਸ ਮਜ਼ਬੂਤ ਸੀ ਤਾਂ ਉਹ ਜਿੱਤਿਆ ਤੁਸੀਂ ਆਪ ਵਿਟਰਾ ਕੀਤਾ ਪਹਿਲਾਂ ਝੂਠੇ ਕੇਸ ਫਾਈਲ ਕਰਦੇ ਹੋ ਫਿਰ ਵਿਟਰਾ ਕਰਦੇ ਹੋ ਇਹ ਕਿਹੜਾ ਕਾਨੂੰਨ ਹੈ ਇਹ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ DGP ਬਣਾਉਣੇ ਪਏ ਨੇ ਤੁਹਾਨੂੰ ਕੀ ਲੱਗਦਾ ਵੀ ਕੀ ਕਰੈਕਟਰਿਸਟਿਕ ਸਾਡੇ ਪੰਜਾਬ ਪੁਲਿਸ 'ਚ ਕਮੀ ਕੀ ਹੈ ਕਿਉਂ ਇਹ ਇੰਨਾ ਕਰਪਟ ਸਿਸਟਮ ਹੋ ਗਿਆ ਪੰਜਾਬ ਦਾ ਕੀ ਕਾਰਨ ਕੀ ਹੈ ਤੁਸੀਂ ਦੇਖੋ ਮੈਂ ਇੱਥੇ ਛੋਟਾ ਜਿਹਾ ਫਰਕ ਸਮਝੋ ਮਹਾਰਾਸ਼ਟਰ 'ਚ ਅੱਜ ਤੱਕ ਜਦੋਂ ਵੀ ਕਦੇ ਬਹੁਤ ਘੱਟ ਰਾਇਟਸ ਹੋਏ ਆ ਜਾਂ ਬਹੁਤ ਘੱਟ ਲੈਵਲ 'ਤੇ ਕੋਈ ਮਾਸ ਕਿਸਮ ਦੀ ਵਾਇਲੈਂਸ ਹੋਈ ਹੈ 1992 'ਚ ਹੋਈ ਬਾਬਰੀ ਮਸਜਿਦ ਤੋਂ ਬਾਅਦ ਉਦੋਂ ਪਹਿਲਾਂ ਇੱਕ ਵਾਰੀ 1984 'ਚ ਥੋੜ੍ਹੇ ਜਿਹੇ ਕਮਿਊਨਲ ਰਾਇਟਸ ਹੋਏ ਸੀ ਮਹਾਰਾਸ਼ਟਰ 'ਚ ਅੱਜ ਤੱਕ ਕੋਈ ਕਿਸੇ ਵੀ ਟਾਈਮ 'ਤੇ ਕਿਸੇ ਵੀ ਸਮੇਂ 'ਤੇ ਇੱਕ ਵਾਰੀ ਛੱਡ ਕੇ ਜਦੋਂ ਇਹਨਾਂ ਨੇ ਆਰਮੀ ਨੇ ਫਲੈਗ ਮਾਰਚ ਕੀਤਾ ਸੀ 1992 'ਚ ਉਸ ਤੋਂ ਇਲਾਵਾ ਕੋਈ ਐਸੀ ਐਗਜ਼ਾਮਪਲ ਨਹੀਂ ਹੈ ਜਿੱਥੇ ਮਹਾਰਾਸ਼ਟਰ 'ਚ ਕਿਤੇ CRPF CISF BSF ਜਾਂ ਇੰਡੋ ਤਿਬਤਲ ਬਾਰਡਰ ਪੁਲਿਸ ਜਾਂ ਕੋਈ ਹੋਰ ਸੈਂਟਰਲ ਏਜੰਸੀ ਨੂੰ ਬੁਲਾ ਕੇ ਮਹਾਰਾਸ਼ਟਰ 'ਚ ਲਾਅ ਐਂਡ ਆਰਡਰ ਨੂੰ ਬਚਾਇਆ ਜਾਵੇ ਦਾ ਬਰਕਰਾਰ ਰੱਖਿਆ ਜਾਵੇ ਅਸੀਂ ਇਹੀ ਉਮੀਦ ਕਰਾਂਗੇ ਕਿ ਪੰਜਾਬ ਦੀ ਜਿਹੜੀ ਪੁਲਿਸਿੰਗ ਹੈ ਉਹ ਸੁਧਰੇ ਓਨੈਸਟ ਅਫਸਰ ਲੱਗਣ ਓਨੈਸਟ ਇਹ ਨਹੀਂ ਕਿ ਓਨੈਸਟ ਅਫਸਰ ਹੈ ਨਹੀਂ ਗੇ ਪੰਜਾਬ ਪੁਲਿਸ 'ਚ ਬਹੁਤ ਓਨੈਸਟ ਅਫਸਰ ਨੇ ਔਰ ਉਹ ਬਹੁਤ ਅੱਛਾ ਕੰਮ ਕਰ ਸਕਦੇ ਨੇ ਲੇਕਿਨ ਉਹਨਾਂ ਨੂੰ ਸੀਟਾਂ 'ਤੇ ਬਿਠਾਇਆ ਨਹੀਂ ਜਾ ਰਿਹਾ ਐਡਮਿਨਿਸਟ੍ਰੇਟਿਵ ਸੀਟਾਂ 'ਤੇ ਬਿਠਾਇਆ ਨਹੀਂ ਜਾ ਰਿਹਾ ਔਰ ਉਹਨਾਂ ਨੂੰ ਐਸੀ ਖੁੱਡੇ ਲਾਈਨ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਵੀ ਇੱਕਦਮ ਐਸੇ ਪੋਸਟਾਂ 'ਤੇ ਬਿਠਾ ਦਿਓ ਜਿੱਥੇ ਕੋਈ ਕੰਮ ਹੀ ਨਹੀਂ ਗਾ ਉਹਨਾਂ ਕੋਲ ਅਤੇ ਉਹਨਾਂ ਦੀ ਜਿਹੜੀ ਕਾਬਲੀਅਤ ਹੈ ਉਹਦਾ ਕੋਈ ਫਾਇਦਾ ਨਹੀਂ ਚੱਕਿਆ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ ਨੈਸ਼ਨਲ ਬਸ ਪਰ ਲੇਟੈਸਟ ਨਿਊਜ਼ ਔਰ ਐਂਟਰਟੇਨਮੈਂਟ ਵੀਡੀਓਜ਼ ਦੇਖਣੇ ਕੇ ਲੀਏ ਸਬਸਕ੍ਰਾਈਬ ਕਰੇਂ ਲਾਈਕ ਕਰੇਂ ਕਮੈਂਟ ਕਰੇਂ ਔਰ ਸ਼ੇਅਰ ਕਰੇਂ ਥੈਂਕਸ ਫਾਰ ਵਾਚਿੰਗ